ਯਾਰੀਆਂ ਦੀ ਹੁੰਦੀ ਆ, ਅੱਜ ਯਾਰੀਆਂ ਕਰਕੇ ਵੱਡੇ ਮਾਲੇ ਸਿੰਘ ਧਰਤੀ ਤੇ ਪੁੱਜਿਆ ਵੀ ਇੱਧਰ ਲਾ ਦਿਓ ਕੈਮਰੇ ਦੇ ਸਾਹਮਣੇ ਵੱਡੀ ਕੁਸ਼ਤੀ ਪੂਰੀ ਇੱਧਰ ਨੂੰ ਕਰਨੀ ਇੱਧਰ ਨੂੰ ਇੱਧਰ ਲਾਈਵ ਚੱਲਦਾ ਯਾਰੀਆਂ ਦੇ ਕਰਕੇ ਇਹ ਮਾਲ ਇੱਥੇ ਪੁੱਜਿਆ ਹੈ। ਵਾਕਈ ਚੱਲਦੀ ਹੋਈ ਕੁਸ਼ਤੀ ਕਹਿੰਦਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ, ਉਹ ਯਾਰ ਦਿਲਾਂ ਦੇ ਕੈਮਰੇ ਰੱਖੇ ਤੇ ਮੁੜ ਇੰਜਨ ਬੰਨਣੇ ਪੈਂਦੇ ਕਿ ਜਦੋਂ ਗਰਾਰੀ ਅੜਦੀ ਹੈ ਮਿੱਤਰੋ ਨੋਟ ਮੈਟਰ ਨਹੀਂ ਕਰਦੇ, ਵਾਕਈ ਮੈਟਰ ਯਾਰੀ ਕਰਦੀ ਹੈ। ਕਹਿੰਦਾ ਇੱਕੀ ਤੁੱਕੀ ਕੀ ਕਰਨੀ, ਉਹ ਮਿੱਤਰੋ ਚੱਕਾ ਹੋਣਾ ਚਾਹੀਦਾ, ਯਾਰ ਭਾਵੇਂ ਖੋਵੇ ਪੱਕਾ ਹੋਣਾ ਚਾਹੀਦਾ। ਤੇ ਦਰਸ਼ਕੋ ਅੱਜ ਦੀ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਤੇ ਵਾਕਈ ਜਾਣਕਾਰੀ ਲਈ ਦੱਸ ਦਈਏ 1,21,000 ਜਿਹੜਾ ਫਾਈਨਲ ਮੁਕਾਬਲਾ, ਤਾੜੀ ਲਾ ਦੋ ਇੱਕ ਵਾਰੀ ਜ਼ੋਰਦਾਰ ਆਏ ਹਾਏ। ਤੇ ਮਿੱਤਰੋ ਉਧਰ IPL ਦਾ ਸੀਜ਼ਨ ਵੀ ਚੱਲਦਾ ਹੈ, ਪਰ ਅੱਜ ਕਾਸੀ ਪੱਟੇ ਦੀ ਧਰਤੀ ਤੇ IPL ਹੋ ਗਿਆ ਤੇ ਕਿਹੜੇ ਕਿਹੜੇ ਬਾਈ ਕੁਸ਼ਤੀਆਂ ਨੂੰ ਪਸੰਦ ਕਰਦੇ ਜਿਹੜੇ ਪਿਆਰ ਕਰਕੇ ਇੱਥੇ ਪੁੱਜੇ ਆ, ਇਹ ਵੀ IPL ਅੱਜ ਕਾਸੀ ਪੱਟੇ ਦੀ ਧਰਤੀ ਤੇ ਹੋ ਗਿਆ। ਕਹਿੰਦਾ ਤੂੰ IPL ਵੇਖਣ ਦੀ ਸ਼ੌਕੀਨ ਬੜੀ, ਕਿ ਤੂੰ IPL ਵੇਖਣ ਦੀ ਸ਼ੌਕੀਨ ਬੜੀ, ਉਹ ਅਸੀਂ ਦੰਗਲ ਵੇਖੀ ਦੇ ਨੀ, ਤੂੰ ਵਿੱਚ AC ਦੇ ਰਹਿਣੀ ਹੈ, ਅਸੀਂ ਖਾਣਿਆਂ ਦੇ ਵਿੱਚ ਪਿੰਡੇ ਸੇਕੀ ਦੇ ਨੀ, ਤੂੰ ਲੌਂਗ ਸਿਕਸ ਨੂੰ ਲਾਈਕ ਕਰੇ ਤੇ ਮੈਂ ਫੈਨ ਹਾਂ ਕੁਸ਼ਤੀ ਪਹਿਲਵਾਨੀ ਦਾ, ਤੂੰ ਫੈਨ ਹੈ ਇੰਡੀਆ ਦੇ ਵਿਰਾਟ ਕੋਹਲੀ ਦੀ, ਮੈਂ ਫੈਨ ਹਾਂ ਤਾਲਬ ਪਹਿਲਵਾਨ ਦਾ ਫਲਾਈ ਵਾਲੇ ਦਾ, ਮੈਂ ਫੈਨ ਹਾਂ ਸੋਨੂੰ ਪਹਿਲਵਾਨ ਕਾਂਗੜੇ ਵਾਲੇ ਦਾ, ਤਾੜੀ ਲਾ ਦੇ ਇੱਕ ਵਾਰੀ ਜ਼ੋਰਦਾਰ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ, ਕਹਿੰਦਾ ਜਿਹੜਾ ਕੀਤੀਆਂ ਮਿਹਨਤਾਂ ਉੱਠ ਤੜਕੇ ਮੁੱਲ ਪੈਂਦਾ ਹੈ ਵਿੱਚ ਮੈਦਾਨਾਂ ਦੇ, ਤੇ ਕਿੱਲਿਆਂ ਦੇ ਵਿੱਚ ਪੇੜ ਜੁੜਦੇ ਜਦ ਪੇੜ ਹੁੰਦੇ ਨੇ ਸਾਨਾਂ ਦੇ, ਉਹ ਘਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ ਵੱਡੇ ਜਿਗਰੇ ਵੇਖ ਜਵਾਨਾਂ ਦੇ, ਅਮਰ ਡੇਰੇ ਬਾਬੇ ਨਾਨਕ ਵੇ ਜਿਨ੍ਹਾਂ ਮਾਰ ਗੁਰਾਂ ਦੀ ਝੱਲੀ ਹੈ, ਉਹੀ ਖੜ ਦੇ ਮੂਹਰੇ ਤੂਫਾਨਾਂ ਦੇ, ਇਹ ਤੂਫਾਨ ਗੱਭਰੂ ਹੈ ਇੱਥੇ ਖੜਨਾ ਵੀ ਔਖਾ ਹੁੰਦਾ। ਕਹਿੰਦਾ ਸਪਾਟਿਆਂ ਦੇ ਨਾਲ ਯਾਰੋ ਦਮ ਬਣਦੇ, ਕਹਿੰਦਾ ਕਿ ਟੋਲੀ ਟੋਲੀ ਤੁਸੀਂ ਥੋੜੀ ਰੈਸਟ ਕਰ ਲਓ ਰੈਸਟ ਕਰ ਲਓ, ਕਹਿੰਦਾ ਸਪਾਟਿਆਂ ਦੇ ਨਾਲ ਯਾਰੋ ਦਮ ਬਣਦੇ, ਜਿਹੜੇ ਮਾਲਾ ਉਹਨਾਂ ਨੂੰ ਪਤਾ ਸਪਾਟੇ ਬੈਠਕਾ ਡੰਡ, ਕਹਿੰਦਾ ਸਪਾਟਿਆਂ ਦੇ ਨਾਲ ਯਾਰੋ ਦਮ ਬਣਦੇ, ਉਹ ਬੈਠਕਾਂ ਦੇ ਨਾਲ ਪੱਟ ਥੰਮ ਬਣਦੇ, ਕਹਿੰਦਾ ਡੰਡਾਂ ਨਾਲ ਆਉਂਦੀ ਯਾਰੋ ਬਾਹਾਂ ਵਿੱਚ ਜਾਣ, ਕਿ ਗੁਰੂ ਬਿਨਾਂ ਕਦੇ ਯਾਰੋ ਮਿਲੇ ਨਾ ਗਿਆਨ, ਕਿ ਖਾਣਾ ਦੇਸੀ ਛੱਡ ਖਾਇਓ ਨਾ ਕੁਝ ਹੋਰ ਮਿੱਤਰੋ, ਇੱਕ ਸਭ ਤੋਂ ਜ਼ਰੂਰੀ ਹੁੰਦੇ ਜ਼ੋਰ ਮਿੱਤਰੋ, ਕਹੇ ਅਮਰ ਦਿਓਲ ਮੱਲੀ ਕੰਮ ਨਾ ਆਸਾਨ, ਇਹ ਪੰਜੇ ਚੀਜ਼ਾਂ ਨਾਲ ਯਾਰੋ ਬਣਦੇ ਆ ਪਹਿਲਵਾਨ, ਇਹ ਪੰਜੇ ਚੀਜ਼ਾਂ ਨਾਲ ਯਾਰੋ ਬਣਦੇ ਆ ਪਹਿਲਵਾਨ। ਵਾਕਈ ਉਸਤਾਦਾਂ ਦੀ ਮਿਹਨਤ ਤੇ ਇਹਨਾਂ ਪਹਿਲਵਾਨਾਂ ਦੀ ਮਿਹਨਤ, ਦੇਸੀ ਖੁਰਾਕਾਂ ਦੁੱਧ ਘਿਓ ਤੇ ਫੇਰ ਜਾ ਕੇ ਵੱਡੇ ਮੱਲ ਵੱਡੇ ਇਨਾਮ ਮਿਲਦੇ ਆ। ਜੇ ਅੱਜ ਆਪਾਂ ਗੱਲ ਕਰੀਏ ਪੈਸੇ ਦੀ ਤਾਂ 1,21,000 ਬੁੱਧ ਹੁੰਦਾ ਮਿੱਤਰੋ, ਤੇ ਅੱਜ ਕੱਲ ਜਿਹੜੇ ਵੱਡੇ ਲੈਵਲ ਤੇ ਪਹਿਲਵਾਨ ਲੜਦੇ ਆ ਟਰੈਕਟਰ ਬੁਲਟ ਕਾਰਾਂ ਦੇ ਗੱਲਾਂ ਹੁੰਦੀਆਂ ਨੇ, ਵਾਕਈ ਟਰੈਕਟਰ ਬੁਲਟ ਕਾਰਾਂ ਤੇ ਗੱਲਾਂ ਹੁੰਦੀਆਂ ਨੇ, ਗੱਲਾਂ ਲੱਖਾਂ ਦੀਆਂ ਹੁੰਦੀਆਂ ਨੇ, ਤਾਲਬ ਕਈ ਬੁਲਟਾਂ ਦਾ ਜੇਤੂ ਹੈ, ਤੇ ਵਾਕਈ ਉਧਰ ਸੋਨੂੰ ਕਾਂਗੜੇ ਵਾਲਾ ਵਾਕਈ
ਇੱਕ ਲੰਮੀ ਲਿਸਟ ਹੈ ਨਾਮਾਂ ਦੀ, ਇੱਕ ਲੰਬੀ ਲਿਸਟ ਹੈ ਇਹਨਾਂ ਪਹਿਲਵਾਨਾਂ ਦੀ। ਵਾਕਈ ਚੱਲਦੇ ਹੋਏ ਮੁਕਾਬਲੇ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਹੈ। ਕਹਿੰਦਾ ਚੱਕੀ ਦੇ ਉਪੜਾਂ ਵਾਂਗੂ ਚੋੜੀਆਂ ਨੇ ਛਾਤੀਆਂ, ਉਹ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥਾਪੀਆਂ, ਨਾਮ ਰੱਬ ਦਾ ਧਿਆ ਕੇ ਸਿਰ ਉਸਤਾਦ ਨੂੰ ਝੁਕਾ ਕੇ ਉਹਦੇ ਨੇ ਅਖਾੜੇ ਵਿੱਚ ਨੱਚ ਟੱਪ ਛਾਲਾ ਮਾਰਦੇ, ਉਹ ਸ਼ੇਰੇ ਗੈਲ ਬਜਾਰੀ ਸਿੰਘ ਫਸ ਗਏ ਕੁੰਡੀਆਂ ਦੇ, ਯੁੱਧ ਹੁਣੇ ਆਰ ਪਾਰ ਦੇ। ਬਈ ਤਾੜੀ ਲਾ ਦਿਓ, ਜੇ ਸਵਾਦ ਆਉਂਦਾ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ।